ਅਸੀਂ ਵੀ ਚਾਹੁੰਦੇ ਹਾਂ ਕਿ ਪੰਥ ਇਕੱਠਾ ਹੋਵੇ। ਵੀ ਮੈਂ ਤਾਂ ਬਾਪੂ ਜੀ ਨੂੰ ਅਗਵਾਈ ਦੇਤੀ ਹੈ, ਅੰਮ੍ਰਿਤਪਾਲ ਦੇ ਪਿਤਾ ਜੀ, ਵੀ ਜਿਵੇਂ ਇਹ ਤੁਸੀਂ ਕਰੋਗੇ ਮੈਨੂੰ ਮਨਜ਼ੂਰ ਹੈ, ਜਿੱਥੇ ਕਹੋਗੇ ਮੈਨੂੰ ਬਾਹ ਤੋਂ ਫੜ ਕੇ ਖੜਾ ਲਿਓ, ਮੈਂ ਤੁਹਾਡੇ ਨਾਲ ਹੈ। ਆਪਾਂ ਨੂੰ ਬਾਬਾ ਜੀ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਦਾ ਗੁਰਸਿੱਖੀ ਵਾਲਾ ਜੀਵਨ ਸੀ, ਕਿਵੇਂ ਉਹਨਾਂ ਨੇ ਨਾਲ ਸਿਆਸਤ ਨੂੰ ਤੋਰ ਕੇ ਤਾਲਮੇਲ ਤਰੀਕੇ ਨਾਲ ਬਿਠਾਇਆ, ਸਾਰੀ ਸਿੱਖ ਸੰਗਤ ਨੂੰ ਨਾਲ ਤੋਰਿਆ ਹੈ ਆਪਣੇ। ਆਪਾਂ ਉਹਨਾਂ ਨੂੰ ਅਗਵਾਈ ਦੇਣ ਤੋਂ ਦੁਬਾਰਾ ਪਹਿਲਾਂ ਇਹ ਗੱਲ ਸੋਚ ਲਈਏ, ਵਿਚਾਰ ਲਈਏ ਕਿ 40 ਸਾਲ 'ਚ ਉਹਨਾਂ ਨੇ ਸਾਨੂੰ ਕੀ ਕੌਮ ਨੂੰ ਲੈ ਕੇ ਦਿੱਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਬਾਬਾ ਜੋਗਿੰਦਰ ਸਿੰਘ ਜੀ ਦੀ ਬਰਸੀ 'ਤੇ ਇਕੱਠੇ ਹੋਏ ਹੈ। ਮੈਨੂੰ ਕੁਛ ਕੁ ਗੱਲਾਂ ਯਾਦ ਹੈ ਜਦੋਂ ਅਸੀਂ ਦਿੱਲੀਓਂ ਆ ਕੇ 86-87 ਦੇ ਵਿੱਚ ਅਸੀਂ ਮੋਹਾਲੀ ਲੱਗ ਗਏ ਸੀ। ਜਦ ਰਹਿਣ ਆਪਣਾ ਮਕਾਨ 2 ਕਮਰੇ ਪਾਏ ਸੀ, ਜਿਹੜੇ ਟਕਸਾਲ ਨੇ ਜਗ੍ਹਾ ਦਵਾਈ ਸੀ। ਉਦੋਂ ਬਾਬਾ ਜੀ ਦਾ ਬਹੁਤ ਆਉਣਾ ਜਾਣਾ ਸੀ ਘਰੇ, ਸਾਡੇ ਮਾਤਾ ਜੀ ਨਾਲ ਬਹੁਤ ਪਿਆਰ ਰਿਹਾ, ਇਹਨਾਂ ਨੇ ਬਹੁਤ ਸਾਥ ਦਿੱਤਾ ਉਸ ਸਮੇਂ, ਸਾਡਾ ਪਰਿਵਾਰ ਦਾ ਵੀ ਬਹੁਤ ਆਉਣਾ ਜਾਣਾ, ਬਹੁਤ ਹਿੰਮਤ ਦਿੱਤੀ ਇਹਨਾਂ ਨੇ ਸਾਡੇ ਮਾਤਾ ਜੀ ਨੂੰ, ਬਹੁਤ ਕੁਛ ਦੱਸਿਆ ਆਉਣ ਵਾਲੀ ਜ਼ਿੰਦਗੀ ਬਾਰੇ, ਸੇਧ ਵੀ ਦਿੱਤੀ। ਸਾਧ ਸੰਗਤ ਜੀ, ਫਿਰ 99 ਦੇ ਵਿੱਚ ਜਦੋਂ ਆਪਣੇ 12 MP ਜਿੱਤੇ ਸੀ ਬਾਬਾ ਜੋਗਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ, ਜਿਹੜੀ ਚੋਣ ਲੜੀ ਗਈ ਸੀ, ਕਿਉਂਕਿ ਉਸ ਟਾਈਮ ਮਾਨ ਤਾਂ ਜੇਲ੍ਹ ਦੇ ਵਿੱਚ ਸੀ, ਇਹੀ ਅਗਵਾਈ ਕਰਦੇ ਸੀ ਪੰਥ ਦੀ, ਇਹਨਾਂ ਦੀ ਅਗਵਾਈ 'ਚ ਹੀ ਆਪਾਂ ਉਦੋਂ ਇਲੈਕਸ਼ਨ ਜਿੱਤੇ ਸੀ। ਬਾਬਾ ਜੀ ਦੀ ਅਗਵਾਈ ਦੇ ਵਿੱਚ ਆਪਾਂ ਨੂੰ ਬਾਬਾ ਜੀ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਦਾ ਗੁਰਸਿੱਖੀ ਵਾਲਾ ਜੀਵਨ ਸੀ, ਕਿਵੇਂ ਉਹਨਾਂ ਨੇ ਨਾਲ ਸਿਆਸਤ ਨੂੰ ਤੋਰ ਕੇ ਤਾਲਮੇਲ ਤਰੀਕੇ ਨਾਲ ਬਿਠਾਇਆ, ਸਾਰੀ ਸਿੱਖ ਸੰਗਤ ਨੂੰ ਨਾਲ ਤੋਰਿਆ ਹੈ ਆਪਣੇ। ਸਤ ਸੰਗਤ ਜੀ, ਬਾਕੀ ਜਿਹੜੀ ਇਕੱਠੇ ਹੋਣ ਦੀ ਗੱਲ ਹੈ, ਅਸੀਂ ਵੀ ਚਾਹੁੰਦੇ ਹਾਂ ਕਿ ਪੰਥ ਇਕੱਠਾ ਹੋਵੇ। ਜੋ ਵੀ ਸਮਾਂ ਫੈਸਲਾ ਆਊਗਾ, ਪਰ ਮੈਂ ਅਸੀਂ ਜਿਹੜੀ ਮੇਰੀ ਨਿੱਜੀ ਰਾਏ ਹੈ ਉਹ ਇਹ ਹੈ ਵੀ ਜਿਨ੍ਹਾਂ ਨੇ 40 ਸਾਲ ਤੋਂ ਜਿਹੜੇ ਕੌਮ ਦੀ ਅਗਵਾਈ ਕਰਦੇ ਆ ਰਹੇ ਹੈ, 40 ਸਾਲ 'ਚ ਜਿਨ੍ਹਾਂ ਦੀ ਕੌਮ ਨੂੰ ਕੋਈ ਦੇਣ ਹੀ ਨਹੀਂ ਹੈ, ਕੋਈ ਪ੍ਰਾਪਤੀ ਨਹੀਂ ਹੈ, ਕੌਮ ਨੇ 40 ਸਾਲ 'ਚ ਉਹਨਾਂ ਦੀ ਅਗਵਾਈ 'ਚ ਕੀ ਪ੍ਰਾਪਤ ਕੀਤਾ, ਇਹ ਗੱਲਾਂ ਦਾ ਆਪਾਂ ਉਹਨਾਂ ਨੂੰ ਅਗਵਾਈ ਦੇਣ ਤੋਂ ਦੁਬਾਰਾ ਪਹਿਲਾਂ ਇਹ ਗੱਲ ਸੋਚ ਲਈਏ, ਵਿਚਾਰ ਲਈਏ ਕਿ 40 ਸਾਲ 'ਚ ਉਹਨਾਂ ਨੇ ਸਾਨੂੰ ਕੀ ਕੌਮ ਨੂੰ ਲੈ ਕੇ ਦਿੱਤਾ ਹੈ। ਇਹ ਗੱਲਾਂ ਵੀ ਜ਼ਰੂਰ ਵਿਚਾਰ ਨਾਲੀਆਂ ਹੈ। ਅਤੇ ਅੱਜ ਕੌਮ ਕਿਹਨੂੰ ਚਾਹੁੰਦੀ ਹੈ, ਜਾਂ ਕਿਹਦੇ ਨਾਲ ਤੁਰਨਾ ਚਾਹੁੰਦੀ ਹੈ, ਜਾਂ ਕਿਹਦੀ ਅਗਵਾਈ ਚਾਹੁੰਦੀ ਹੈ, ਮੈਂ ਆਪਣੀ ਗੱਲ ਨਹੀਂ ਕਰਦਾ ਕਿਤੇ ਕਹੋ ਵੀ ਆਪਣੇ, ਅਤੇ ਮੈਂ ਆਪਣੇ ਸਾਰਿਆਂ ਦੀ ਗੱਲ ਕਰਦਾ ਵੀ ਆਪਾਂ ਕਿਹਦੀ ਅਗਵਾਈ ਚਾਹੁੰਦੇ ਹਾਂ, ਕਿਹਦੇ ਨਾਲ ਤੁਰਨਾ। ਕਿਉਂਕਿ ਮੈਂ ਤਾਂ ਪਹਿਲਾਂ ਵੀ ਕਹਿ ਕੇ ਗਿਆ ਸੀ ਅਤੇ ਹੁਣ ਵੀ ਕਹਿੰਦਾ ਬਈ ਮੈਂ ਤਾਂ ਬਾਪੂ ਜੀ ਨੂੰ ਅਗਵਾਈ ਦੇਤੀ ਹੈ। ਬਈ ਜੀ, ਬਾਪੂ ਜੀ ਅੰਮ੍ਰਿਤਪਾਲ ਦੇ ਪਿਤਾ ਜੀ, ਵੀ ਜਿਵੇਂ ਇਹ ਤੁਸੀਂ ਕਰੋਗੇ ਮੈਨੂੰ ਮਨਜ਼ੂਰ ਹੈ, ਜਿੱਥੇ ਕਹੋਗੇ ਮੈਨੂੰ ਬਾਹ ਤੋਂ ਫੜ ਕੇ ਖੜਾ ਲਿਓ, ਮੈਂ ਤੁਹਾਡੇ ਨਾਲ ਹੈ।
ਸਾਧ ਸੰਗਤ ਜੀ, ਬਾਕੀ ਉਮੀਦ ਕਰਦੇ ਆ ਕਿ ਆਉਣ ਵਾਲਾ ਸਮਾਂ ਕੌਮ ਲਈ ਚੜ੍ਹਦੀ ਕਲਾ ਲੈ ਕੇ ਆਵੇ, ਆਪਾਂ ਇਕੱਠੇ ਹੋ ਕੇ ਤੁਰੀਏ ਤੇ ਕੌਮ ਚੜ੍ਹਦੀ ਕਲਾ ਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।